ਮੈਂ ਤਾਂ ਦਰਿਆ ਉਹ ਆ ਮੀਨਾ ਜਿਹੜਾ 55000 ਦਾ ਖਰਚਾ ਨਾ ਮੈਂ ਆ ਕਿ ਭਾਵੇਂ ਜ਼ਾਇ ਵੰਦਾ ਥੋੜੇ ਸਾਹਮਣੇ ਚਲੇ ਨੇ ਦੇਦੇ ਵੀ ਕਿਆ ਆਂਦੀ ਐ ਐ YouTube ਵੀ ਖੁੱਲੇ ਨੇ ਦੇਦੇ ਕਿਤਨੀ ਜਲਦੀ ਮਤਲਬ ਹੈ ਓਪਨ ਕਰੇਂਦੀ ਜਾਂਦੇ ਮੈਂ ਤੇਲਾ ਦੇਤੀ ਦਾਦਾ ਲੈ YouTube ਥੋਲਾਣਾ ਉਹਨੇ ਜਲਦੀ ਨਹੀਂ ਆਂਦੀ ਮੈਂ ਜਿਵੇਂ ਲਾਇਆ ਨਾ ਇਹਦੇ ਉਤੇ ਖਰਚਾ ਤਕਰੀਬਨ 55000 ਰੁਪਇਆ ਲੀ ਤੇ ਜਿਹੜੀ ਉੱਤੇ ਡਿਵਾਈਸ ਲਗੀ ਖੜੀ ਹੈ ਕਮਸ ਕਮ ਅਸਸਲਾਮੁਅਲੈਕ ਮੈਂ ਖਵੈਬਰ ਰਹਿਮਾਨ ਤੁਸਰੇ ਦੇ ਪੇ ਮੇਰਾ YouTube ਚੈਨਲ ਖੁਬੀ ਮਿਲਾਨਾ ਮੈਂ ਇ ਵਕਤ ਮੌਜੂਦ ਹਾਂ ਆਪਣੇ ਰਕਬੇ ਤੇ ਇਨਵਰਟਰ ਚਾਹਾਂ ਗੱਡਿਓ ਸਾਈਡ ਤੇ ਪਾਰਕਿੰਗ ਤੇ ਲਾ ਆਇਆ ਤੇ ਮੋਟਰ ਕਜੀਪੇ ਮੋਟਰ ਤੋਂ ਕਪੜੇ ਛਪੜੇ ਲੈਨੇ ਅਸਲ ਇ ਸੂਫੀ ਭਾਈ ਦੇ ਅੱਜ ਬਾਲ ਬਿਮਾਰ ਹਨ ਉਹ ਦਵਾਈ ਘਣਨ ਗਏ ਹੋਣ ਤੇ ਇ ਤਿਬੇ ਤੇ ਕੱਲ੍ਹ ਲ ਵਲਾਗ ਤੁਸਰੇ ਠਾ ਹੋਸੀ ਥੋੜਾ ਜਨਾ ਮਤਲਬ ਪੀਚਾ ਆਂਦਾ ਪਿਆ ਆ ਮੈਂ ਕਿ ਚਲੋ ਤੁਸੀਂ ਦਵਾਈ ਖੈ ਨਾਉ ਤੇ ਮੈਂ ਉਤਨੀ ਦੇ ਰੇ ਪਿਲਾ ਦੇਣਾ ਉਏ ਅੱਜ ਦਾ ਪਲਾਨ ਹੈ ਇਹ ਵੀ ਅਸ ਜਿਹੜੀ ਖਰੀਦ ਕਰਨੀ ਹੈ ਨਾ ਆਪਣੀ ਫਸਟ YouTube ਇਨਕਮ ਦੀ ਉਹਦੇ ਵਾਸਤੇ ਅੱਜ ਸਲਾਹ ਮਸ਼ਵਰਾ ਕਰਨਾ ਅੱਜ ਤੇ ਸਮਾਨ ਖੈ ਨਾ ਬਣਾ ਇਹਨਾਂ ਵੀ ਕਿਹੜੀ ਚੀਜ਼ ਪਕਾਣੇ ਆ ਤਾਂ ਸੋ ਮੈਨੂੰ ਲੱਗਦਾ ਹੈ ਕਿ ਉਹ ਡਿਸਮਿਸ ਥੀ ਗਏ ਅੱਜ ਸ਼ਾਇਦ ਮੈਂ ਇੱਥੇ ਬੋਰ ਤੇਰਾਸਾ ਮਤਲਬ ਦੇਖੋ ਜੇ ਟਾਈਮ ਨਾਲ ਵੇਲੇ ਥੀ ਗਿਓ ਸੇ ਸੂਫੀ ਭਾਈ ਆ ਗਿਆ ਤੇ ਵਾਲਾ ਹਾਜ ਸਾਹਿਬ ਤੇ ਮੈਂ ਵੈਸੂ ਉਹ ਖੈ ਨਾ ਸੂ ਸਮਾਨ ਤੇ ਇਨਸ਼ਾਅੱਲਾ ਵਾਤ ਖਰੀਦ ਕਰੈ ਸੋ ਉਮੀਦ ਹੈ ਵੀ ਟਾਈਮ ਬਚ ਵੈਸੀ ਤਕਰੀਬਨ ਘੰਟੇ 2 ਘੰਟੇ ਅਗਰ ਸੂਰਜ ਫਿੱਟ ਰਹਿ ਗਿਆ ਤਾਂ ਸੂਰਜ ਦੇ ਅਗੂ ਵਤ ਬਦਲ ਆ ਗਏ ਮੈਂ ਕੋ ਲੱਗਦਾ ਹੈ ਵੀ ਅੱਜ ਇਹ ਸੀਨ ਬਦਲਾਂ ਵਾਲਾ ਰਾਸੀ ਪਿਆ ਕਿਉਂਕਿ ਬਦਲ ਹਿੰਦ ਪੈ ਨਾ ਇਦੂ ਇਦੂ ਜੇ ਇਹ ਮੈਂ ਬਦਲ ਰਹਿ ਗਿਆ ਤਾਂ ਵਾਤਾ ਪੀਛਾ ਹੈ ਬਹੁਤ ਮੁਸ਼ਕਿਲ ਜੇ ਅਗਰ ਸੂਰਜ ਫੁੱਲ ਆਬਤਾਬ ਨਾਲ ਨਿਕਲਿਆ ਰਹਿ ਗਿਆ ਤਾਂ ਇਨਸ਼ਾਅੱਲਾ ਘੰਟੇ ਡੇਢ ਦਾ ਕੰਮ ਹੈ ਤੁਸੀਂ ਦੁਆ ਕਰਾਇਆ ਕਿ ਸੂਰਜ ਨਿਕਲਾ ਰਾਵੇ ਪੀਛਾ ਮੈਂ ਜਲਦੀ ਜਲਦੀ ਮੁਕਾ ਕੇ ਨਾ ਤੇ ਵਾਲ ਸ਼ਹਿਰ ਵਾਂਗੂ ਸ਼ਾਪਿੰਗ ਕਰਕੇ ਆਉਂ ਮੈਂ ਫਿਲਹਾਲ ਇਨਵਰਟਰ ਲਾ ਕੇ ਨਾ ਮੋਟਰ ਨੂੰ ਸਹੀ ਕਰੇ ਨਾ ਇਨਵਰਟਰ ਦੇ ਲੂਪਿਆ ਲੈਣਾ ਤੇ ਚਲੰਦੇ ਪੈਸਾ ਲਾਖਾਇਰ ਕਰੇ ਇਨਵਰਟਰ ਦੇ ਲੂਪਿਆ ਲਾ ਦਿੱਤੇ ਮੀ ਸੂਰਜ ਵਾਤੇ ਇੱਕ ਵਾਰੀ ਨਿਕਲਦਾ ਆ ਦੇਖੋ ਦੁਆ ਕਰੋ ਕਿ ਚਲਦਾ ਨਿਕਲਿਆ ਰਵੇ ਸੂਰਜ ਧੋਪੀ ਵਿੱਚ ਖੜੀ ਰਾਵੇ ਪਲੇਟਾਂ ਕੋ ਲੱਗਾ ਹੋਇਆ ਬ੍ਰੇਕਰ ਉਹ ਆਨ ਕਰਨੇ ਆ ਅੱਗੂ ਪਾਣੀ ਸਿੱਧਾ ਕਰਨਾ ਮਤਲਬ ਜਿਹੜੇ ਕਿਹੜੇ ਲਾਉਣੇ ਹੁੰਦੇ ਸਿੱਧਾ ਕਰਨਾ ਤੇ ਉਤਨੀ ਦੇਰ ਚ ਉਮੀਦ ਹੈ ਧੁੱਪ ਵੀ ਫੁੱਲ ਨਿਕਲਾ ਸੀ ਨਾ ਪਲੇਟਾਂ ਦੇ ਤੱਲੋਂ ਇੱਟਾਂ ਨਿਸ਼ਤਿਆਂ ਪੈਨ ਮੈਂ ਜਲਦੀ ਜਲਦੀ ਪਲੇਟਾਂ ਦੇ ਤੱਲੇ ਇੱਟਾਂ ਦੇਖਣਾ تاکہ کرنٹ ਜਿਹੜਾ ਨਾ ਫੁੱਲ ਡਿਮਨ ਸੂਰਜ ਦੇ ਬਰਾਬਰ ਐਂਗਲ 90 ਸੀ ਨਾ ਕਰੰਟ ਫੁੱਲ ਦੇ ਸਨ ਫਾਈਨਲੀ ਬੜੀ ਮਹਿਰਤ ਨਾਲ ਮੈਂ ਤਾਂ ਗਿਆ ਥੱਕ ਇਟਾਂ ਦੇ ਕੀਤੇ ਮੈਂ ਹੁਣ ਬ੍ਰੇਕ ਆਨ ਕਰਨੇ ਨੇ ਬ੍ਰੇਕਰ ਨਾਲ ਇੱਥਾਂ ਕੱਜ ਕੇ ਰੱਖ ਵੰਦੇ ਉਹਨੇ ਵੀ ਕੋਈ ਚੀਜ਼ ਨਾ ਚੜੇ ਬismillah रहमान रहीम ਆਹ ਠੀਕ ਹੁਣ ਸੂਰਜ ਦੇ ਬਿਲਕੁਲ ਸਿੱਧੀਆਂ ਥੀਆਂ ਪੈਨ ਕਰੰਟ ਮਤਲਬ ਟਾਈਮ ਨਾਲ ਫੁੱਲ ਦੇਣ ਲੱਗ ਪਏ ਸਨ जिन्हें दोस्तों ने हाल तक सारे चैनल को सब्सक्राइब नहीं किया कियाब करके शुरू करें अज्जी मजेदार वीडियो करंट इनवर्टर आ गए चलता पै बिस्मिल्ला पढ़ के चलेंगे अल्लाह खैर करे माशाल्लाह चल गया चल गया चल गए फाइनली पानी आ गए तोड़ तोड़ तरीच गया पानी नहीं पिया पानी पावना पै गया थोड़ी मेहनत करनी पै गई हूँ टाइम ठीक है दस बजे बारह मिनट ਸੂਰਜ ਦੇ ਅਗੂ ਬੱਦਲ ਮਤਲਬ ਆਂਦੇ ਖੜੇ ਨੇ ਅੱਲਾ ਖੈਰ ਕਰੇ ਦੇਦੇ ਕਿਤਨੀ ਦੇਰ ਲੱਗਦੀ ਪਿੱਛੇ ਤੇ ਹੋਏ 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 ਯਾ ਥੱਕ ਸ਼ੁਕਰ ਹੈ ਵੀ ਹਾਜ ਸਾਹਿਬ ਆ ਗਏ ਮੈਂ ਕਿ ਹੁਣ ਚਾਰ ਪੰਜ ਘਾਰੇ ਰਹਿ ਗਏ ਨਾ ਉਹ ਸੜਕ ਤੱਕ ਨਾ ਜੀ ਟਸਕੂਟਰ ਖੜਾ ਹੈ ਵੀ ਇਹ ਇਹਨਾਂ ਦੇ ਨੱਕੇ ਖੋਲੋ ਬਦੋ ਮੇਰੀ ਬਸ ਤੀ ਗਿਆ ਹੁਣ ਨਾ ਮਤਲਬ ਹਲੀ ਦਾ ਨਹੀਂ ਪੇ ਜਾਮ ਥਿਆ ਗੜਾ ਸਾਰਾ ਜਿਸਮ ਪਾ ਪਤਾ ਨਹੀਂ ਕਿਤਨੇ ਅਰਸੇ ਬਾਅਦ ਮਤਲਬ ਮੈਂ ਪਾਣੀ ਲਾਇਆ हां तो सिद्धदास ना भाई मेरी फिरकी धागा छोड़ गई है <laughs> फिरकी धागा छोड़ गई आज साहब को फोन की था मैं कि यार पहुंच आज कला फसेया पे आंदा ही नहीं आगे आवेंदे आज ले काम है तो बात लेट तो लेट नहीं मेरे को बैलेंस कोई नहीं رابطہ नहीं से कर सके भाई जी हां رابطہ मैं ही नहीं दे सका संग अभी मैं रख पे थे लेकिन हुन थई बस खड़ी है ओए होए टाइम तकरीबन ठीक है बे 9:30 एक दा एक दा तो 4 रह गए ने एक दो उतराए 4 5 6 ਠੀਕ ਯਾਰ ਇਹ ਰਹਿ ਗਏਨ ਤਕਰੀਬਨ ਅੱਧਾ ਪੌਣਾ ਘੰਟਾ ਵੀ ਆ ਲੱਗ ਸੀ ਜੇ ਅਗਰ ਸੂਰਜ ਜਿਵੇਂ ਖੜਾ ਰਹਿ ਗਿਆ ਤਾਂ ਸੂਰਜ ਅੱਜ ਬਦਲ ਹੈ ਨਾ ਥੋੜੇ ਥੋੜੇ ਉਹ ਕਈ ਵੇਲੇ ਛੋੜ ਵੇਂਦਾ ਨਿਗਾਲ ਸੁੱਕ ਵੇਂਦਾ ਵਲ ਮੁੰਡੂ ਖਾਲੀ ਭਰਾਵਣੀ ਪਉਂਦੀ ਛਿਆਰੇ ਭਰਾਉਣਾ ਪਉਂਦਾ ਫਾਈਨਲੀ ਲਾਸਟ ਕੈਰੀਜ ਪਹੁੰਚ ਆਏ ਆਖਰੀ ਚਾਰਾ ਲੋੜੀ ਖੜਾ ਤੇ ਟਾਈਮ ਠੀਕ ਹੈ ਤਕਰੀਬਨ 1 ਵਜੇ ਤੇ 70 ਮਿੰਟ ਠੀਕ ਹੈ ਤੇ ਬਸ ਇਹ ਪਿੱਛੇ ਦਾ ਤਾਂ ਬੰਦ ਕਰਦੇ ਪਏ ਮੋਟਰ ਕਰ ਦਿੱਤੀ ਹੈ ਬੰਦ ਹਾਂ ਜੀ ਸਾਹਿਬ ਗਏ ਵਦੇ ਹਨ ਘਰ ਨਾਲ ਟੈਂਕੀ ਚਾਵਣੀ ਨਾ ਆਪਣੇ ਘੜੇ ਸਪਰੇ ਮਾਰਨੀ ਮੈਂ ਕਿ ਤੁਸੀਂ ਟੈਂਕੀ ਚਾਓ ਮੇਰੇ ਵਾਸਤੇ ਕੱਪੜੇ ਤੇ ਸ਼ੈਂਪੂ ਚਾਹੀਏ ਵਾਏ ਕੱਪੜੇ ਤਾਂ ਚਾਹ ਨਹੀਂ ਹੈ ਤੋਲੀਆ ਸ਼ੈਂਪੂ ਸਿਰਫ ਚਾਹ ਹੈ ਤਨਜ਼ੀਲ ਦਾ ਮਿਲਿਆ ਹੋ ਸੀ ਆ ਤਨਜ਼ੀਲ ਕੋਈ ਨਹੀਂ ਵਦਾ ਸਾਹਮਣੇ ਯਾਰ ਤੁਸੀਂ ਸਪਰੇ ਮਾਰ ਕੇ ਨਾ ਤੇ ਮੈਂ ਇਹ ਲੈ ਨਾ ਪੈਪ ਤੇ ਇਥੇ ਹੀ ਦਾਂ ਗਿੰਨਾ ਘਰ ਵਾਂਗ ਕੇ ਕੱਪੜੇ ਚੇਂਜ ਕਰ ਗਿੰਨ ਸੁਬਾਹ ਪਾ ਗਿੰਨ ਸੋ ਜਲਦੀ ਮੁਕਾ ਸਪਰੇ ਹੈ ਮੁਕਦੇ ਹੀ ਸਮੇਂ ਦੋ ਟੈਂਕੀ ਹੋਰ ਲੱਗਦੇ ਓਕੇ ਮੈਂ ਦਾਂ ਕੀਦਾ ਆਈ ਹਾਂਜੀ ਬਾਈ ਵੇਨੇ ਦਾਂ ਕੀਦਾ ਇਥੇ ਹੀ ਨਾ ਆ ਸੂਰਜ ਚੰਗਾ ਨਿਕਲਾ ਖੜਾਈ ਪਾਣੀ ਗਰਮ ਗਰਮ ਹੈ ਨਾ ਬੋਰ ਤੇ ਧਾਵਣ ਦੀ ਆਪਣੀ ਚਾਸੇ ਟੈਂਕੀ ਰੱਖੋ ਵਿੱਚ ਟੈਂਕੀ ਵਿੱਚ ਰੱਖਦੇ ਕੱਚੀਆਂ ਹੋ ਗਈਆਂ ਸਿੰਧੀਆਂ ਸਿੰਧੀਆਂ ਹੁਣ ਕੱਚੀਆਂ ਬਦਲਾਈ ਤੇ ਮੋੜ ਚੌਕ ਦਾ ਸਿਸਟਮ ਬਣ ਸੀ ਆ ਬਸ ਉਹ ਹੁਣ ਟਾਈਮ ਹੈ ਨਾ ਵਹਿੰਦੇ ਪੈ ਚੌਕ ਤੇ ਨਾ ਉਹ ਖਰੀਦ ਤਾਲਾ ਜਿਹੜਾ ਸਮਾਨ ਮੈਂ ਸਵੇਰੇ ਜ਼ਿਕਰ ਕੀਤਾ ਹੈ ਖਰੀਦ ਕਰਨੀ ਸੇ ਲਾਜ਼ਮੀ ਕਰਨੀ ਸੇ ਉਹ ਵਹਨੇ ਹੈ ਨਾ ਸਮਾਨ ਘੇਨਣੇ ਅੱਜ ਖਰੀਦ ਦਾ ਵਾਦ ਕਈ ਵਾਰ ਪ੍ਰੋਗਰਾਮ ਬਣ ਸੋ ਚਲੋ ਸਮਾਨ ਆਇਆ ਪਿਆ ਉਸ ਜੂੰ ਹੀ ਪ੍ਰੋਗਰਾਮ ਬਣ ਸੀ ਨਾ ਤਾਂ ਉਹ ਮਤਲਬ ਪਕਾ ਦੇ ਸੂ ਜਾਂ ਇਹ

ਤਿਆਰੀ ਜੋੜੀ ਮੇਂ ਕਪੜੇ ਚੇਂਜ ਕੀਤੀ ਖਣਾ ਤੇ ਹਜ ਸਾਹਿਬ ਵੀ ਕਪੜੇ ਚੇਂਜ ਕਰਕੇ ਆ ਗਏ ਲੇਕਿਨ ਸਾਡੇ ਇੰਟਰਨੈਟ 에 ਮਸਲਾ ਆਈ ਨਾ ਮਤਲਬ ਸਰਵਿਸ ਪੂਰੀ ਨਹੀਂ ਕਰਦਾ ਪਿਆ ਉਹਨਾਂ ਪਿੱਛੋਂ ਅਪਗ੍ਰੇਡ ਕੀਤਾ ਹੈ ਇਹਦਾ ਮਤਲਬ ਵਧਾਇਆ ਨੇ ਹੁਣ ਦੁਬਾਰਾ ਇਹ ਕਨੈਕਟ ਨਹੀਂ ਥੀਂਦੀ ਭਈ ਨਾ ਉਹਨਾਂ ਨੇ ਰਾਬਤਾ ਕੀਤਾ کافی دیر ਕੋਸ਼ਿਸ਼ ਕਰਿੰਦੇ ਰਹੇ ਗਏ ਲੇਕਿਨ ਇਹਦਾ ਕਨੈਕਸ਼ਨ ਰਲਿਆ ਨਹੀਂ ਤਾਂ ਭਾਈ ਨੇ ਆਕੇ ਵੀ ਤੁਸਾ ਨਾ ਇਹ ਡਾਂਗ ਜੜੀ ਹੈ ਨਾ ਇਹ ਕੁ 10 ਫੁੱਟ ਕਮਜ਼ ਕਮ ਵੀ ਉੱਚਾ ਕਰੋ ਇੰਦੀ ਹਾਈਟ ਘਟੇ ਤਾਂ ਉਹ ਮੁਬਸ਼ਰ ਭਾਈ ਚਾਵਣ ਲੰਘ ਗਏ ਨਾ ਵੈਲਡਿੰਗ ਵਾਲੇ ਕੋਈ ਥਾਈਂ ਇਹ ਡਾਂਗ ਦੇ ਉੱਤੇ ਇਹ ਵਾਲੀ ਡਾਂਗ ਵੈਲਡ ਕਰ ਦੇਣੇ ਆ ਤਾਂ ਬਾਤ ਉਮੀਦ ਹੈ ਵੀ ਸਰਵਿਸ ਬਰਾਬਰ ਥੀ ਵੈਸੀ ਥਾਈਂ ਮਤਲਬ ਸਰਕਲ ਚਲੇ ਨੇ ਗਾਲ ਡੇ ਗਲ ਇਥਾਈਂ ਆਵੰਦੇ ਨਾ ਇਹ ਜਿਹੜੀ ਡਾਂਗ ਲੱਗੀ ਖੜੀ ਐ ਨਲਕੇ ਵਾਲੀ ਨਾਲ ਐ ਸਮਝੋ ਇਹਦੇ ਉੱਤੇ ਉਹ ਵਾਲੀ ਜਿਹੜੀ ਐ ਨਾ ਉਹ ਪਟ ਕੇ ਪੂਰੀ ਇਹਦੇ ਉੱਤੇ ਲਾ ਦੇਣੇ ਇਹ ਕਾਫੀ ਉੱਤੇ ਨਿਕਲ ਵੈਸੀ ਉਮੀਦ ਹੈ ਵੀ ਇੰਟਰਨੈਟ ਵਾਲਾ ਮਸਲਾ ਹੱਲ ਥੀ ਵੈਸੀ ਅਗਰ ਵੈਲਡਿੰਗ ਜਲਦੀ ਥੀ ਗਈ ਤਬਾ ਤੇ ਜਲਸੂ ਚੋੜ ਤੇ ਸਮਾਨ ਗਿਣਨ ਅਗਰ ਵੈਲਡਿੰਗ ਹਾਲੇ ਲੇਟ ਕੀਤਾ ਤਾਂ ਵੱਧ ਸ਼ਾਇਦ ਅਜ ਨਵੇਂ ਸੰਗੂ ਕਿਉਂਕਿ ਇੰਟਰਨੈਟ ਵਾਲੇ ਭਾਈ ਆਉਣੇ ਸ਼ਾਮ ਕੋ ਹਾਲੇ 2 2 ਘੰਟੇ ਸਾਰੇ ਕੋਲ ਟਾਈਮ ਹੈ ਤਕਰੀਬਨ ਨਾ ਅਗਰ ਵੈਲਡਿੰਗ ਜਲਦੀ ਥੀ ਵੰਦੀ ਤਾਂ ਵਲ ਅਸਾਂ ਵੈਲਡਿੰਗ ਕਰਾ ਕੇ ਨਿਕਲ ਵੈ ਸੋ ਉਤਨੀ ਦੇਰ ਜਿਹਾ ਸਮਾਨ ਘਨ ਕੇ ਆਵੈ ਸੋ ਤੇ ਵਲ ਇੰਟਰਨੈਟ ਵਾਲੇ ਭਾਈ ਵੀ ਸ਼ਾਮ ਕੋ ਆਵੈ ਸਨ ਉਹਨੇ ਅਗ ਤਕਰੀਬਨ 6:30 ਹੋ ਜਾ ਆਸਨ ਖੋਲੀਏ ਨਾ ਕਾਰਵਾਈ ਨਾ ਵੈਲਡਿੰਗ ਵਾਲੇ ਤਾਂ ਪਤਾ ਲੱਗਿਆ ਲੱਭੇ ਤਾਂ ਆਇਕੂ ਖੋਲ ਤਾਂ ਸੱਟੂ ਐ ਦੂਜੀ ਕੋ ਤਾਂ ਖੋਲੂ ਆ ਦੇ ਖੋਲੋ ਜੀ ਆ ਮਾਈਕੂ ਖੁੱਲੈ ਨਾ ਤੂੰ ਅੱਤ ਲੁਕਾ ਬੁ ਕਰੀ ਹੈ ਓਕੇ ਓਕੇ ਬਬਸ਼ਰ ਭਾਈ ਫਾਈਨਲੀ 15 20 ਮਿੰਟ ਬਾਅਦ ਬੰਦੇ ਗੋਲਾ ਹੈ ਬੰਦੇ ਕੋ ਮੈਂ ਗੋਲਾ ਸਰ ਜੀ ਇਹ ਜਿਹੜੀ ਡਾਂਗ ਨਹੀਂ ਤੇ ਉਹ ਉੱਤੇ ਜਿਹੜੀ ਖੜੀ ਹੈ ਉਹ ਲੈਨੇ ਇਹਨਾਂ ਕੋ ਆਪਸ ਵਿੱਚ ਵੇਲਡ ਕਰ ਦਿਓ ਪੱਕਾ ਜੋੜ ਲਾ ਦਿਓ ਇਹ ਟੁੱਟਣ ਛੁੱਟਣ ਹੱਲਣ ਨਾ ਬਸ ਤੇ ਉਹ ਅੱਖੇ ਦਾ ਇਹਨੂੰ ਖੋਲੋ ਤੇ ਦੋੜ ਸਰੀਏ ਦੇ ਟੋਟੇ ਲੇ ਤੇ ਮੈਂ ਕੀ ਤਸੀ ਇਹਨੂੰ ਵੀ ਉਹਨੂੰ ਕਹੀਂ ਕੋ ਦੋ ਪੱਤਰੀਆਂ ਲਈ ਆ ਪੱਤਰੀਆਂ ਦਾ ਕੰਮ ਨਹੀਂ ਪੱਤਰੀ ਲਚਕ ਦੇ ਸਰ ਇਹ ਆਉ ਪੈ ਤਿਆ ਉਹ ਕਟੋ ਜਾ ਤੂੰ ਉਹ ਦਿੱਤੀ ਨਹੀਂ ਉਹਨੂੰ ਉਹ ਤੇ ਇੰਟਰਨੈਟ ਲਾਣਾ ਯਾਰ ਇਹਦਾ ਵੇ ਕਾਰੀਗਰ ਬੈਠਾ ਆ ਜਾ ਬੰਦਾ ਬੰਦਾ ਨਹੀਂ ਆ ਜਾ ਬੈਠੋ ਹੋ ਪੈਂਦੀ ਪਈ ਵੈਂਦੀ ਪਈ ਚੜਦੀ ਪਈ ਆਹਾ ਲੋੜ ਹੀ ਕੋਈ ਨਹੀਂ ਇਹ ਆਹਾ ਆ ਵੈਰੀ ਗੁੱਡ ਆ ਵੈਰੀ ਗੁੱਡ ਆ ਵੈਰੀ ਗੁੱਡ ਓਏ ਸਾਡੀ ਜ਼ਿੰਦਗੀ ਦਾ ਖਿਆਲ ਵੈਗੋ ਪਲਸਟਰ ਬੱਟੀ ਆ ਨਹੀਂ ਪਲਸਟਰ ਪਾਟ ਸਟਾਈ ਸਾਰਾ ਇੱਕ ਚੀਜ਼ ਬੜਾ ਦੇ ਬੜਾ ਦੇ ਬਈ ਚੀਜ਼ ਦੀ ਤਾਂ ਭਾਈ ਅੱਛਾ ਓਕੇ ਓਕੇ ਆਇ ਲੈ ਵੈਲਡਿੰਗ ਪਲੈਂਟ ਦਾ ਕਨੈਕਸ਼ਨ ਹੋ ਕੇ ਠੀਕ ਹੈ ਬੰਦਾ ਅੱਠ ਮੇਰਾ ਮੋਬਾਈਲ ਢਹਿ ਗਿਆ ਪਾਣੀ ਇੱਥੇ ਹਾਂ ਮੈਂ ਪਰ ਨਾ ਆਖਣੇ ਫਾਰਮ ਤੇ ਸੀ ਮੈਂ ਫਾਰਮ ਤੇ ਪੜੀਆ ਹਾਂ ਮੈਂ ਮੈਂ ਕਿਆ ਕਿਆ ਅਜੀਬ ਇਹ ਗੋਲ ਕੇ ਆਸੀ ਜਿੱਥੇ ਹੋਇਆ ਬੰਦਾ ਗੋਲ ਹੈ ਹੋਇਆ ਬੰਦਾ ਸਾਕੇ ਲਾਇਆ ਉਸੀ ਮੈਂ ਮਾਰੇ ਰੋਟੀ ਖਾਣ ਗਿਆ ਅੱਛਾ ਅੱਛਾ ਬਾਤ ਆ ਗਿਆ ਜੀ ਮੈਂ ਰੋਟੀ ਖਾ ਕੇ ਸੰਧਾ ਪਿਆ ਮੈਂ ਕਿਆ ਬਲਾ ਅੰਦਰ ਤੇ ਰਹਿਨੇ ਆ ਬੜਾ ਇਹ ਕੰਮ ਕੀਤਾ ਹਾਂ ਤੱਕ ਨੋਰਿੰਗ ਏ ਕਿ ਚਲੋ ਐ ਉੱਡੇ ਨਾ ਵੇਖੋ ਪਟਕ ਪਟਕ ਸਾਰਾ ਜੋੜ ਲਾਗਨ ਨਾਲ ਦੇ ਇਹੋ ਮਾਮਾ ਅਦਨਾਨ ਸਾਡੇ ਵਾਸਤੇ ਗਿਦੀ ਵਧਾ ਨਾ ਗੋੜ ਤਾਜ਼ਾ ਤਾਜ਼ਾ ਫ੍ਰੈਸ਼ ਗੋੜ ਫ੍ਰੈਸ਼ੀ ਨੇ ਹੁਣ ਨਿਕਲ ਆਏ ਹਾਏ ਹਾਏ ਛੋੜ ਗੰਦੋਂ ਹੀ ਦੇ ਓਏ ਛੋੜ ਗੰਦੋਂ ਹੀ ਦੇ ਬਸ ਗੋੜ ਖਾਣੇ ਤੇ ਹੁਣ ਇੰਟਰਨੈਟ ਵਾਲੇ ਭਾਈ ਦਾ ਵੇਟ ਕਰਦੇ ਬੈਠੇ ਆ ਉਹ ਆਂਦਨ ਤਾਂ ਇੰਟਰਨੈਟ ਇਨਾਂ ਦਾ ਡਾਂਗਾ ਕੋ ਖੜਾ ਕਰੇ ਨੇ ਲੈਨੇ ਹੈ ਅੱਲਾ ਕਰੇ ਜੀ ਸਪੀਡ ਜਿਹੜਾ ਨਾ ਬਿਹਤਰ ਥੀ ਵੈਸੀ ਉਹ ਬਸ਼ਰ ਭਾਈ ਉਹ ਡੋ ਵੈਲਡਰ ਭਾਈ ਕੋ ਛੋੜਨ ਮੈਂ ਦੇ ਪਨਕਾਰ आओ भाइजन खाओ खुदी नहीं लोड शाम थी हाल ही दोस्त आया नहीं इंटरनेट नाली सारी वैल्ट थी गई ओके थी गई है हमसाया सा एक न ना। नाल हादसा पेश है मतलब के बोर दी खुई है डठीए बेक मतलब सारा बोर दूही है पूरा गया है। ਤਾਂ ਅੱਲਾਹ ਪਾਕ ਨੇ ਨਾ ਉਹ ਲੰਬੀ ਜ਼ਿੰਦਗੀ ਦਿੱਤੀ ਹੈ ਨਾਲ ਲਾਲੇ ਜਿਹੜਾ ਮਤਲਬ ਇੱਕ ਦੋ ਬੰਦਾ ਖੜਾ ਹੈ ਉਹਨਾਂ ਨੇ ਬੜੀ ਮਿਹਨਤ ਕਰਕੇ 5-10 ਮਿੰਟ ਬਾਅਦ ਉਹਦਾ ਚਿਹਰਾ ਜਿਹੜਾ ਨਾ ਸਾਫ਼ ਕਰ ਗਿਆ ਹੈ ਤੇ ਇਹ ਸ਼ੁਕਰ ਹੈ ਵੀ ਉਹਦੀ ਜਾਨ ਬਚ ਗਈ ਹੈ ਉਹਦੀ ਇਯਾਦਤ ਵਾਸਤੇ ਵੰਦੇ ਪੈਂ ਪੁੱਛਣੀ ਵਾਸਤੇ ਵੰਦੇ ਪੈਂ ਅੱਲਾਹ ਪਾਕ ਨੇ ਉਹਨਾਂ ਨੂੰ ਵੀ ਜ਼ਿੰਦਗੀ ਦਿੱਤੀ ਹੈ ਅੱਲਾਹ ਕਾਇਮ ਰੱਖੇ ਆਪਣੇ ਬਾਲਾਂ ਬੱਚਿਆਂ ਦੇ ਉੱਤੇ ਹਾਂ ਅੱਲਾਹ ਪਾਕ ਸਲਾਮਤ ਰੱਖੇ ਹਰ ਬੰਦੇ ਕੋ ਆਮੀਨ ਆਮੀਨ ਅਸੀਂ ਵਾਪਸ ਆ ਗਏ ਹਾਂ ਕਿ ਇੰਟਰਨੈਟ ਵਾਲੇ ਭਾਈ ਵੀ ਆ ਗਏ ਹਨ ਆ ਕੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਮਤਲਬ ਪਹਿਲੇ ਫਾਈਨਲੀ ਦੋਸਤ ਇੰਟਰਨੈਟ ਲਾ ਕੇ ਲੱਗੇ ਗਏ ਹਨ ਲਗਨ ਸਪੀਡ ਜਿਹੜੀ ਹੈ ਨਾ ਫਿਲਹਾਲ ਤੱਕ ਨਹੀਂ ਆਈ ਇਹ ਮਤਲਬ ਆਲ ਹੀ ਨਹੀਂ ਆਦੀ ਪਿਆ ਦਿਨ ਵਾਂ ਕੇ ਉੱਥੇ ਸੈੱਟ ਕਰ ਰਹੇ ਨੇ ਦੇਖੋ ਇਹ ਥੀਂਦੀ ਹੈ ਸੈੱਟ ਨਹੀਂ ਥੀਂਦੀ ਪਤਾ ਨਹੀਂ ਕੀ ਸੀਨ ਹੈ ਪਤਾ ਨਹੀਂ ਲੱਗਿਆ ਕੀ ਕੀਤਾ ਨੇ ਉਮੀਦ 'ਤੇ ਦੁਨੀਆ ਕਹੇ ਮੈਂ ਠੀਕ ਥੀ ਵੈਸੀ ਸੈੱਟ इनशा इनशा अलाह करे सेठ थी वञे ख़र्चा ई कीतासीं त कमु न बणिया अथव त ख़र्चा ज़ाया थी वियासीं त विलाग त एंड ॾिसे करे सवेर त सिस्टम ॾिठे असां किताब उचा करग सवेर सिस्टम जी मतिलबु ईंदी फुल स्पीड त पता लॻ वेसी न सवेर एंड करे इनशाह ਰਾਤਿਆਂ ਟਪੰਦੇ ਪਏ ਚੁਟਕੀ ਅਚ ਹਾਂ ਇਨਸ਼ਾਅੱਲਾ ਕਿਉਂਕਿ ਮੈਂ ਅੱਜ ਸਵੇਰ ਨਾਲ ਜਲਦੀ ਲੱਗ ਗਿਆ ਹਾਂ ਮਹੀ ਵਜਤ ਵਲਾਗ ਨੂੰ ਥੋੜਾ ਜਿਹਾ ਲੈਂਥੀ ਕਰ ਸੋ ਆ ਹਾਂ ਕਿਉਂਕਿ ਮੈਂ ਹੀ ਵਲਾਗ ਥੋੜਾ ਹੈ ਨਾ ਸਵੇਰੇ ਦੇ ਵਤ ਮੈਂ ਹਾਂ ਸਵੇਰੇ ਤੁਸੀਂ ਆਸੋ ਤਾਂ ਵਤ ਸਵੇਰੇ ਹੀ ਹੈ ਓਕੇ ਆ ਜੇ ਓਕੇ ਓਕੇ ਸਵੇਰੇ ਓਕੇ ਸਵੇਰੇ ਕਰੇ ਹਾਂ ਹੁਣ ਹਾਂ ਹੁਣ ਓਕੇ ਕਾ ਨਹੀਂ ਸਕ ਰਹੇ ਬੈ ਸਵੇਰੇ ਓਕੇ ਕਰੇ ਸੋ 8-10 ਘੰਟੇ ਨੀਂਦਰ ਕਰਕੇ ਵਤ ਮਿਲਦੇ ਹਾਂ ਟਪੰਦੇ ਪਏ ਹਾਂ ਬਸ ਓਈ हाँ। चो चो। चीची। है। दुआ को नींद नहीं आती है सौ जा तेको नींद नहीं आती टाइम कितना थी टाइम थी नौ चौंती हाली तक तू जागदी बैठी है ਵੈਲਕਮ ਬੈਕ ਟੂ ਅਨਦਰ ਡੇ ਰਾਤੀ ਵਿਲਾਗ ਐਂਡ ਕਹਿਣਾ ਸੀ ਕਿ ਤਾਂ ਕਿਉਂਕਿ ਤੁਹਾਕੂਰੀ ਸਵੇਰੇ ਨਾ ਇੰਟਰਨੈਟ ਦਿਖਾਉਣਾ ਹੀ ਰਾਤੀਆਂ ਦਾਰਾ ਥੀ ਕਿ ਆਈ ਤੇ ਉਹਦੀ ਸਪੀਡ ਤੇ ਸਾਰਾ ਕੋਈ ਮਤਲਬ ਉਹ ਮੇਲੇ ਸਪੀਡ ਨਹੀਂ ਆਂਦੀ ਪਈ ਨਾ ਉਹਨਾਂ ਆਖੇ ਵਾਂ ਕਿ ਕੰਪਿਊਟਰ ਨੂੰ ਸੈੱਟ ਕਰੇ ਸੋ ਤੇ ਹੁਣ ਸੈੱਟ ਠੀਕ ਗਈ ਹੈ ਉਹਦਾ ਮੈਸੇਜ ਆਇਆ ਹੁਣੇ ਸਭ ਤੋਂ ਪਹਿਲੇ ਤਾਂ ਤੁਹਾਕੂ ਇਹ ਦੱਸਾ ਦੇਵਾਂ ਕਿ ਇਹ ਦੇਖੋ ਕਿੰਨੀ ਉੱਚੀ ਡਾਂਗ ਗਈ ਖੜੀ ਹੋਣ ਨਾਲ ਇਹ ਤਾਂ ਦੂਰਾਂਗਾ ਖੜੀਆਂ ਡਬਲ ਕਰ ਦਿੱਤੀ ਸੀ ਤਲਵੀ ਦੇ ਉੱਤੇ ਬਈ ਵੈਲਡ ਕਰਾ ਕੇ ਉਹ ਉੱਤੇ ਬੁਚਾਰੀ ਸੀ ਨਾ ਹਾਂ ਇਹ ਤਾਂ ਹੈਲੀਕਾਪਟਰ ਕੋੜਾ ਸੀ ਹਾਂ ਹਾਂ ਇਹ ਕੀ ਪਤਾ ਹੈਲੀਕਾਪਟਰ ਕੋੜਾਵੇ ਮਰ ਰੇ ਕੀ ਹੋ ਜਾ ਗਾਲੀ ਕਰ ਰੇ ਇਹ ਹੈਲੀਕਾਪਟਰ ਲੈ ਤੂੰ ਅੱਲਾ ਨਾ ਇਹ ਤਾਂ ਲੈ ਆਉਣੇ ਹਾਂ ਹੈਲੀਕਾਪਟਰ ਉਤ ਲੰਗਾਨਾ ਤਨਜ਼ੀਲ ਆ ਦੇ ਇਹ ਤੱਲੇ ਆਵਣੇ ਓਏ ਹੋਏ ਓਏ ਹੋਏ ਹੋਏ ਇਹ ਬੜੀ ਉੱਚੀ ਤਾਈ ਖੜੀ ਹੈ ਮਤਲਬ ਇਹ ਦਰਾਖਤ ਖੜਾ ਨਾ ਇੰਦਾ ਇਹੋ ਤਕਰੀਬਨ 10 ਫੁੱਟ ਉੱਚੀ ਹੋਸੀ ਫੁੱਟ ਬਾਈ ਲੈਂਦੇ ਤਾਂ ਉਤਲੀ ਹਵਾਜ ਪਹੁੰਚ ਮੈਨ ਨਹੀਂ ਆਈ ਵਾ ਤਾਂ ਪੈਕੇਜ ਲਵਾਉਣ ਦੀ ਜ਼ਰੂਰਤ ਕਹ ਨਹੀਂ ਡਾਇਰੈਕਟ ਤੋਂ ਹੈਂਡ ਆ ਤੇ ਹਾਂ ਹਾਂ ਤੋਂ ਬੇਲ ਸ਼ੈਲ ਨਾ ਦੇਵਣਾ ਪਵੇ ਤੇ ਲੈਵਣਾ ਪਵੇ ਤੇਰੀ ਗੱਲ ਜਾਇਜ਼ ਹੈ ਹਾਂ ਤੇ ਸਟਣ ਵਾਲੀ ਨਹੀਂ ਇਹ ਡੂਲਾ ਡੂ ਨਾਲਾ ਨਾ ਮਤਲਬ 20 ਫੁੱਟ ਦੇ ਹਨ ਤਕਰੀਬਨ ਉਹ ਲਾ ਕੇ ਤਕਰੀਬਨ 40 ਫੁੱਟ ਥਾਈ ਖੜੀ ਹੈ ਉੱਚੀ ਤੇ ਹੁਣ ਜਿਹੜਾ ਨਾ ਇੰਦਾ ਉਹ ਤਾਰ ਤੱਲੇ ਆਂਦੀ ਵੀ ਉਹ ਉੱਥਾ ਲਗਾ ਖੜਾ ਇੰਦਾ ਉਹ ਅਗੂ ਮੋ ਡੈਮ ਲਗੀ ਖੜੀ ਹੈ ਜਿਹੜੀ ਅਗੂ ਵਾਈਫਾਈ ਸਪਰੇਡ ਕਰਾਂਦੀ ਹੈ ਨਾ ਤੇ ਅਪਲੋਡਿੰਗ ਸਪੀਡ ਵੀਡੀਓ ਅਪਲੋਡ ਕੀਤੀ ਵੀ ਹੁਣੇ ਅਪਲੋਡਿੰਗ ਸਪੀਡ ਤਕਰੀਬਨ ਆਂਦੀ ਖੜੀ ਹੈ 1.5 ਤੋਂ 2 MB ਪਾਣੇ 2 MB ਤਾਂ ਕਿ 1.80 1.70 1.5 ਪੂਰਾ 2 ਨਹੀਂ ਥਿੰਦੀ ਮਤਲਬ ਹੈ ਕਿ 1.90 ਤੱਕ ਵੈਂਦੀ ਹੈ ਲੇਕਿਨ ਚਲੋ ਇਹ ਹੈ ਵੀ ਗੁਜ਼ਾਰਾ ਥਿੰਦਾ ਪੈ ਨਾ ਹੋਵਣ ਕੋਲੋਂ ਬਿਹਤਰ ਹੈ ਮਤਲਬ ਕਾਫੀ ਬਿਹਤਰ ਹੈ ਅੱਗੇ ਵਾਲਾ ਜਿਹੜਾ ਪੁਰਜ਼ਾ ਆਈ ਸਾਡਾ ਨਾ ਉਹ 1 MB ਤੱਕ ਸਪੀਡ ਦੇਂਦਾ ਆਈ ਤੇ ਇਹ ਜੜੀਆਂ ਨਾਲ ਹੁਣ ਸਪੀਡ ਮਤਲਬ ਸਹੀ ਦਿੰਦੀ ਪਈ ਐ 2 MB ਤੱਕ ਸਪੀਡ ਐ ਅੱਲਾ ਖੈਰ ਕਰੇ ਸਾ ਆਖਿਆ ਤਾਂ ਆਈ तकरीबन 3 ਤੋਂ 4 MB ਦਾ ਕਨੈਕਸ਼ਨ ਮਤਲਬ ਉਹ ਵੀ ਅਪਲੋਡਿੰਗ ਸਪੀਡ ਇਤਨੀ ਆਵੇ ਲੇਕਿਨ ਉਤਨੀ ਨਹੀਂ ਆਂਦੀ ਪਿਆ ਉਹਦੇ ਨਾਲ ਹੌਸੇ ਹੌਸਾ ਅਪਡੇਟ ਥੀ ਵੈਸੀ ਟਿਕ ਵੈਸੀ ਸਪੀਡ ਫਿਲਹਾਲ ਮਤਲਬ ਵੀਡੀਓ ਜਿਹੜੀ ਅਪਲੋਡ ਕੀਤੀ ਮੈਂ ਉਹਦੇ ਨਾਲ ਲੈਸਨ ਆਈ ਦੋ ਸਕਰੀਨ ਸ਼ਾਟ ਤਾਂ ਉਹ 1.8 MB ਤੱਕ ਸਪੀਡ ਆਂਦੀ ਪਈ ਐ ਅਲਹਮਦੁਲਿਲਾ ਫੇਟੇ ਸਪੀਡ ਜ਼ਬਰਦਸਤ ਐ ਇਹ ਚਸਾਂ ਆਂ ਨਿਆ ਬੈਨਾ ਬਰਾਊਜ਼ਿੰਗ ਸਪੀਡ ਮੇਰੀ ਠੀਕ ਆ ਨਹੀਂ ਤੁਹਾਰੇ ਸਾਹਮਣੇ ਚੱਲੇ ਨੇ ਦੇਦੇ ਵੀ ਕਿਆ ਆਂਦੀ ਐ ਐ ਯੂਟਿਊਬ ਵੀ ਖੁੱਲੇ ਨੇ ਦੇਦੇ ਕਿਤਨੀ ਜਲਦੀ ਮਤਲਬ ਓਪਨ ਕਰੇਂਦੀ ਆਂਦੀ ਐ ਨਹੀਂ ਬਿਹਤਰੀਨ ਐ ਇਹ ਤਾਂ ਹੁਣ ਤਾਂ ਗੁਰਲਾਟ ਕੱਢੀ ਆ ਗੁਰਲਾਟ ਗੁਰਲਾਟ ਟਾਈਮ ਵਿੱਚ ਭਜਦੇ ਵੰਦੇ ਹਰ ਚੀਜ਼ ਲੋਡ ਥੀਂਦੀ ਵੰਦੀ ਐ ਮਤਲਬ ਸਟਾਪ ਕੋਈ ਨਹੀਂ ਸਟਾਪ ਕੋਈ ਨਹੀਂ ਤੇ ਤੈਨੂੰ ਦੇ ਦੇ ਤਾਦਾ ਲੈ ਯੂਟਿਊਬ ਥੋਲਾਣਾ ਉਨੇ ਜਲਦੀ ਨਹੀਂ ਆਉਂਦੀ ਉਹ ਰਾਤ ਤੇ ਸਪੀਡ ਨਾ ਜਾਂਦੀ ਹੁਣ ਤੁਸੀਂ ਖੁੱਲੇ ਸੋ ਨਾ ਹੁਣ ਸਪੀਡ ਚੰਗੀ ਆਸੀ ਹੁਣ ਵਾਣ ਕੇ ਖੋਲ ਕੇ ਚੈੱਕ ਕਰਕੇ ਨਾ ਦੱਸਾਂ ਹਾਂ ਅੱਜ ਤੂੰ ਤਲਾ ਦੇ ਨਈ ਧਰ ਨੈਟ ਚਲੋ ਘਰ ਲਾ ਦੇ ਸੰਗ ਤਨਜ਼ੀਲ ਆਦੇ ਵੀ ਜਿਹੜਾ ਪੁਰਾਣਾ ਹੈ ਨਾ ਇਹਦੇ ਚ ਕਨੈਕਸ਼ਨ ਕਰਕੇ ਘਰ ਮੋ ਡੈਮ ਬਈ ਲਾ ਦੇ ਉਹ ਵੀ ਘਰ ਸਪੀਡ ਸਹੀ ਆਵੇ ਅੱਜ ਟਾਈਮ ਹੋਇਆ ਤਾਂ ਉਹ ਪੁਰਾਣੀ ਮੋਡੈਮ ਜਿਹੜੀ ਸਾਰੀ ਵਹਿਲੀ થઈ ਹੈ ਉਹ ਕੋ ਪਾਟ ਕੇ ਮੈਂ ਉਹ ਕੋਈ ਤੂੰ ਚਾਹ ਕੇ ਮਤਲਬ ਘਰ ਲੈ ਸੋ ਤਾਰੂਏ ਹੈ ਭਈ ਪੁਰਾਣੇ ਵਾਲੀ ਇਹ ਤਾਂ ਉਹ ਸੁਰਾਖ ਕੱਟ ਕੇ ਨਵੀਂ ਚੁਘਾਰਾ ਟ੍ਰਾਂਸਫਰ ਕਰਦੇ ਸੋ ਵਾਇਰ ਤੇ ਘਰ ਵਿੱਚ ਇੱਕ ਬਈ ਮੋਡੈਮ ਲਾ ਦੇ ਸੋ ਜਿਹੜੀ ਘਰ ਦੇ ਅੰਦਰ ਅੰਦਰ ਵਾਈਫਾਈ ਦੇਵੇ ਵੱਤ ਮੈਨੇ ਗਾੜੀ ਵੈਸੀ ਸਰਵਿਸ ਮੈਂ ਆਪਣੇ ਘਰ ਦੀ ਗਾਲ ਕਰਾ ਮੈਂ ਤੇਰੇ ਘਰ ਦੀ ਨਹੀਂ ਕੀਤੀ ਅੱਛਾ ਅੱਛਾ ਤੇਰੇ ਗਾੜੀ ਤੂੰ ਸਰਵਿਸ ਨਹੀਂ ਵੰਦੀ ਤੇ ਕੋ ਆਪ ਖਰਚਾ ਕਰਨਾ ਪੋਸੀ ਮੈਂ ਆਦਾ ਉਹ ਬਾਸ ਮੈਂ ਉੱਤੇ ਟਾਂਗਦੇ ਨਾ ਇਹ ਥੀ ਵੈਸੇ ਉੱਚੀ ਡੇਸ ਉਹ ਭਾਈ ਕੋ ਜਲਣਾ ਹੀ ਹੈ ਇਹ ਬਾਸ ਟਾਂਗਦੇ ਨਾ ਡੱਠਾ ਪਿਆ ਹੋਇਆ ਨਹੀਂ ਠਾਂਦਾ ਤਾਰਾ ਨਹੀਂ ਲੱਗਿਆ ਸਨੀ ਆਰਾਂ ਤਾਂ ਲਗਿਆ ਖੜੇ ਲੱਗ ਕਿਨੇ ਬੜਾ ਟਾਈਟ ਥਿਆ ਖੜਾ ਜੇ ਜ਼ਿਆਦਾ ਲੰਬਾ ਥੀ ਜੇ ਲੰਬਾਈਏ ਮਤਲਬ ਇਹ ਹਲਸੀ ਤੇ ਖਤਰਾ ਹੋਸੀ ਨਾ ਹਲ ਗਿਆ ਤਾਂ ਵਾ ਡੇਲੀ ਹੈ ਹਲ ਗਿਆ ਤਾਂ ਔਰ ਡੇਲੀ ਵਾ ਤੁਨਾਂ ਸੜਣਾ ਪੋਸੀ ਆਉ ਸੈਟ ਕਰੋ ਯਾ ਵਾ ਮੈਂ ਇਥੇ ਨੁੱਕਰੇ ਕਮਰਾ ਬਣਵਾਵਾਂ ਤੋਸਾਂ ਭਾਈ ਜਾਨਾ ਆਪਣਾ ਕਨੈਕਸ਼ਨ ਵੀ ਲਵਾਓ ਲਵਾਵਣੇ ਤਾਂ ਮੈਂ ਉਹਨਾਂ ਨੂੰ ਫੋਨ ਕਰੇ ਨਾ ਆਵੇ ਨਾ ਨਹੀਂ ਮੈਂ ਨੁੱਕਰੇ ਕਮਰਾ ਬਣਵਾ ਗਿੰਦਾ ਇਥੇ ਨਹੀਂ ਉਹ ਜ਼ਰੂਰ ਨਹੀਂ ਆਦਾ ਬਿਖਰਚਾ ਕਰਨ ਤੇ ਨੈਟ ਚੱਲਦਾ ਫਿਰ ਅਸੀਂ ਫਰੀਆ ਲਾ ਬੰਦਾ ਫਰੀ ਲਈ ਗਾਲ ਕਾ ਨਾ ਉਹ ਭਾਰਾ ਮੈਂ ਜਿਵੇਂ ਲਾਇਆ ਨਾ ਇੰਦੇ ਉਤੇ ਖਰਚਾ ਤਕਰੀਬਨ 55000 ਰੁਪਏ ਲਿਤਾ ਉਹਨਾਂ ਕੋ ਕਿ ਜਿਹੜੀ ਉੱਤੇ ਡਿਵਾਈਸ ਲਗੀ ਖੜੀ ਹੈ ਕਮਸ ਕਮ 40 ਤੋਂ 45000 ਦੀ 80 ਡਿਵਾਈਸ ਹੈ ਤੇ ਹੁਣ ਇੱਕ ਵੀਰਾ ਜੋ ਕੀਤੀ ਖੜੇ ਮੈਂ ਜ਼ਰੂਰੀ ਭਰਨੇ ਤੇ ਤੂੰ ਹੀ ਥਈ ਆ ਕੇ ਚਲਾ ਤੱਕ ਮੈਂ ਰੋਕਿਆ ਉਹ ਤਾਂ ਮੇਰਾ ਪੇ ਕਮਰਾ ਹੀ ਥਈ ਬਣਾ ਉਹਨਾਂ ਨੇ ਪੱਕੀ ਪੱਕੀ ਰਿਆਸ਼ੀ ਥਈ ਸੱਟੀ ਰਾਤੀ ਸੁੱਤਾ ਸਕੋ ਨਾਲ 1:00 ਵਜੇ ਨਾਲ ਚਲਾਇਆ ਹੈ ਨੈਟ ਤੂੰ ਚਲਾਵੇਂ ਮੈਂ ਤਾਂ ਡਰਿਆ ਹੋਇਆ ਮੀਨ ਜਿਹੜਾ 55000 ਦਾ ਖਰਚਾ ਨਾ ਮੈਂ ਆ ਕਿ ਬਾਵੇਂ ਜ਼ਾਇਵ ਜਾਂਦਾ ਹੈ ਕਿਉਂਕਿ 4-5 ਦੀ ਵਾਰਾਂ ਤੇ ਗਿਆ ਨਹੀਂ ਕੋ ਲੱਗੇ ਹੋਏ ਲੇਕਿਨ ਸਪੀਡ ਦੀ ਚਸ ਨਹੀਂ ਜਾਂਦੀ ਭਈ ਨਾ ਉਹ ਟੈਨਸ਼ਨ ਹੈ ਜਾਮੀ ਮੈਂ ਕਿ ਬਾਵੇਂ ਤਾਂ ਖਰਚਾ ਜ਼ਾਇਆ ਥੀ ਗਿਆ ਲੇਕਿਨ ਸ਼ੁਕਰ ਹੈ ਉਹਨਾਂ ਆ ਕੇ ਕੋ ਉੱਚਾ ਕੀਤਾ ਅਗੂ ਆਪਣੇ ਕੋਲੇ ਜਿੱਥਾ ਸ਼ਹਿਰ ਜ ਮਤਲਬ ਉਹ ਨੈਟ ਸਪਰੈਡ ਕਰ ਰਹੇ ਨੇ ਉਥੋਂ ਵਾਲੇ ਬੂਸਟਰ ਹੀ ਵਧਾਏ ਨੇ ਵੱਡੇ ਕੀਤੇ ਨੇ ਤਾਈਂ ਤਾਂ ਸਪੀਡ ਜਿਹੜਾ ਨੇ ਸੈੱਟ ਥੀ ਗਈ ਅੱਲਾ ਦਾ ਸ਼ੁਕਰ ਹੈ ਚਲੋ ਹੁਣ ਗੁਜ਼ਾਰਾ ਚੱਲ ਸੀ ਤੇ ਲੱਖ ਦੇ ਸੀ ਗੁਰ ਲੱਖ ਹਾਂ ਲਾਤੀ ਆਨੇ ਸਿੱਧੰਤ ਹੋ ਲਿਆ ਨੇ ਰਾਤੀ ਸਿਗਨਲ ਥੋੜੇ ਆਂਦੇ ਨੇ ਅਸਲੇ 60 ਤਾਂ ਬੀਜ਼ੀ ਹੁੰਦੇ ਨੇ ਰਾਤੀ ਤਾਂ ਸਪੀਡ ਘਟ ਆਂਦੀ ਹੈ ਇੰਟਰਨੈਟ ਯੂਜ਼ਰ ਜਿਹੜੇ ਨਾ ਉਹ ਜ਼ਿਆਦਾਤਰ ਸ਼ਾਮ ਕੋ ਰਾਤ ਕੋ ਹੁੰਦੇ ਉਂ وجہ ਤੋਂ ਸਪੀਡ ਘਟ ਆਂਦੀ ਹੈ ਰਾਤ ਤੋਂ ਤਾਂ ਧੋਪ ਤੋਂ ਨਹੀਂ ਹੁੰਦੀ ਇੰਦਾ ਸੇ ਧੋਪ ਕਾ ਨਹੀਂ ਹੁੰਦੀ ਤਾਂ تنਜ਼ੀਲ ਆ ਦੇ ਧੋਪ ਕਾ ਨਹੀਂ ਹੁੰਦੀ ਤਾਂ ਸਪੀਡ ਕਾ ਨਹੀਂ ਹੁੰਦੀ ਬਸ ਇਹਦੀ ਜਿਹੜੀ ਡਿਟੇਲ ਆਈ ਉਹ ਤੁਹਾਨੂੰ ਮੈਂ ਦੱਸ ਆ ਦਿੱਤੀ ਹੈ ਤੇ ਇਹ ਵੀਡੀਓ ਤਾਂ ਇਥੇ ਐਂਡ ਕਰਦੇ ਪਏ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਚੈਨਲ ਕੋ ਸਬਸਕ੍ਰਾਈਬ ਕਰਨਾ ਹੈ ਮਿਲਦੇ ਹਾਂ ਇੱਕ ਨਵੇਂ ਵਲੌਗ ਅੱਲਾ ਹਾਫਿਜ਼